ਸਿਚੁਏਸ਼ਨ ਜਿਹੜੀ ਕਿਸਾਨਾਂ ਦੀ ਪੰਜਾਬ ਤੇ ਹਰਿਆਣਾ ਬਾਰਡਰ ਚ ਬਣੀ ਹੋਈ ਹੈ ਉਹ ਹਰ ਮਿੰਟ ਬਦਲ ਰਹੀ ਹੈ। ਔਰ ਮੇਰੇ ਕੋਲ ਜਿਹੜੀ ਹੁਣੇ ਖਬਰ ਆਈ ਹੈ ਕਿ ਕਿਵੇਂ ਆਮ ਆਦਮੀ ਪਾਰਟੀ ਔਰ ਖਾਸ ਤੌਰ ਤੇ ਭਗਵੰਤ ਮਾਨ ਕਿਸਾਨਾਂ ਨਾਲ ਧਰੋਹ ਘੁਮਾ ਰਿਹਾ, ਕਿਸਾਨਾਂ ਨਾਲ ਵੱਡਾ ਧੋਖਾ ਕਰ ਰਿਹਾ। ਸਾਰੀ ਇੰਟੈਲੀਜੈਂਸ ਇਨਪੁੱਟ ਕਿ ਇਹ ਕਿੰਨੇ ਕਿਸਾਨ ਨੇ, ਕਿੰਨੇ ਟਰੈਕਟਰ ਟਰਾਲੀ ਨੇ, ਉਹਨਾਂ ਦੀ ਸਾਰੀ ਮੁਖਬਰੀ ਹਰਿਆਣਾ ਸਰਕਾਰ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਭਗਵੰਤ ਮਾਨ ਦੇ। ਔਰ ਦੂਜੇ ਪਾਸੇ ਇਹ ਡਰਾਮਾ ਰਚ ਰਿਹਾ ਕੇਜਰੀਵਾਲ ਸਾਹਿਬ ਕਿ ਦਿੱਲੀ ਚ ਅਸੀਂ ਟੈਂਪਰੀ ਜੇਲਾਂ ਨਹੀਂ ਬਣਨ ਦੇਵਾਂਗੇ। ਉਹ ਭਾਈ ਸਾਹਿਬ ਮਾਨ ਸਾਹਿਬ, ਤੁਸੀਂ ਹੋਮ ਮਿਨਿਸਟਰ, ਤੁਹਾਡੇ ਕੋਲ ਇੰਟੈਲੀਜੈਂਸ ਮਹਿਕਮਾ, ਤੁਸੀਂ ਇਸ ਕਿਸਮ ਦਾ ਧੋਖਾ ਕਿਸਾਨਾਂ ਨਾਲ ਕਰ ਰਹੇ ਹੋ। ਜੇ ਕਿਸਾਨਾਂ ਦੇ ਹੱਕ ਚ ਹੋ ਤੇ ਜਿਹੜੇ ਉੱਥੇ ਅਥਰੂ ਗੈਸ ਸਿੱਟੇ ਜਾ ਰਹੇ ਆ, ਜਿੱਥੇ ਉਹਦੇ ਗੋਲੇ ਦਾਗੇ ਜਾ ਰਹੇ ਆ, ਜਰਨਲਿਸਟ ਜ਼ਖਮੀ ਹੋ ਗਏ ਆ, ਇੱਕ ਨਹੀਂ ਕਈ, ਨੀਲ ਭੁਲਿੰਦਰ ਦੀ ਖਬਰ ਆਈ ਆ, ਆਜ ਤੱਕ ਦੇ ਚੌਹਾਨ ਦੀ ਆਈ, ਹੋਰ ਕਈ ਆ, ਉਹ ਵੀ ਬੈਨਾਂ ਤੱਕ ਉੱਥੇ ਪੁਲਿਸ ਨੇ ਤੋੜ ਭੰਨ ਕਰਤੀ ਆ। ਹੋ ਕਿੱਥੇ ਰਿਹਾ? ਸਾਰਾ ਕੁਛ ਪੰਜਾਬ ਦੇ ਅੰਦਰ। ਅਥਰੂ ਗੈਸ ਕਿੱਥੇ ਸਿੱਟੇ ਜਾ ਰਹੇ ਆ? ਪੰਜਾਬ ਦੇ ਅੰਦਰ। ਤੁਹਾਡੀ ਰਲੀ ਮਿਲੀ ਭੁਗਤ ਭਗਵੰਤ ਮਾਨ ਜੀ ਇਸ ਹੱਦ ਤੱਕ ਸਾਬਿਤ ਹੈ ਕਿ ਤੁਸੀਂ ਚੁੱਪ ਕਰਕੇ ਬਹਿ ਗਏ ਹੋ। ਤੁਹਾਡਾ SSP ਉੱਥੇ ਫਿਰ ਰਿਹਾ, ਤੁਹਾਡੇ ਆਲਾ ਪੁਲਿਸ ਅਫਸਰ ਉੱਥੇ ਫਿਰ ਰਿਹਾ, ਮਗਰ ਤੁਸੀਂ ਕੁਛ ਨਹੀਂ ਕਰ ਰਹੇ। ਬਲਕਿ ਤੁਸੀਂ ਕਿਸਾਨਾਂ ਦੇ ਉਲਟ ਜਾ ਕੇ ਹਰਿਆਣੇ ਦੀ ਸਰਕਾਰ ਨੂੰ ਮੁਖਬਰੀ ਵੀ ਦੇ ਰਹੇ ਹੋ, ਉਹਨਾਂ ਦੀ ਮਦਦ ਵੀ ਕਰ ਰਹੇ ਹੋ। ਇਸ ਲਈ ਜੇ ਤੁਹਾਡੇ ਚ ਮਾੜਾ ਮੋਟਾ ਵੀ ਕਿਸਾਨੀ ਪ੍ਰਤੀ, ਕਿਸਾਨਾਂ ਦੇ ਸੰਘਰਸ਼ ਪ੍ਰਤੀ, ਕਿਸਾਨੀ ਮੁੱਦਿਆਂ ਦੇ ਪ੍ਰਤੀ, ਜਿਹੜੀ ਕਿਸਾਨ ਖੁਦਕੁਸ਼ੀ ਹੋ ਰਹੀ ਆ ਜਾਂ MSP ਦੇ ਮੁੱਦੇ ਤੇ ਤੁਹਾਡੀ ਕੋਈ ਸਿਨਸੀਅਰਿਟੀ ਹੈ, ਤੁਸੀਂ ਉਹਨਾਂ ਪ੍ਰਤੀ ਕੋਈ ਆਪ ਦੀ ਹਮਦਰਦੀ ਰੱਖਦੇ ਹੋ, ਤੇ ਇਹ ਜਾ ਕੁਫਰ, ਇਹ ਜਾ ਧੋਖਾ ਨਾ ਕਰੋ, ਕਿਸਾਨਾਂ ਦੀ ਮਦਦ ਕਰੋ। ਕਿਸਾਨਾਂ ਦੇ ਨਾਲ ਜੋ ਧੱਕੇਸ਼ਾਹੀ ਹੋ ਰਹੀ ਹੈ ਉਹ ਪੁਲਿਸ ਵਾਲਿਆਂ ਦੇ ਖਿਲਾਫ, ਹਰਿਆਣੇ ਦੇ ਪੁਲਿਸ ਵਾਲੇ ਜਿਹੜੇ ਪੰਜਾਬ ਚ ਆ ਕੇ ਇੰਨੀ ਤੋੜ ਭੰਨ ਤੇ ਇਹ ਸਤਰੂ ਗੈਸ ਸਿੱਟ ਰਹੇ ਆ, ਉਹਨਾਂ ਦੇ ਖਿਲਾਫ ਪਰਚਾ ਦਿਓ। ਜੇ ਨਹੀਂ ਦਿਓਗੇ ਤੇ ਬੜਾ ਸਪਸ਼ਟ ਹੈ ਕਿ ਤੁਸੀਂ ਕੇਵਲ ਤੇ ਕੇਵਲ ਲਿਪ ਸਰਵਿਸ ਔਰ ਕਿਸਾਨਾਂ ਨਾਲ ਧੋਖੇ ਲਈ ਤੁਸੀਂ ਜਿਹੜੀ ਤੁਹਾਡੀ ਸੋਚ ਹੈ ਉਹ ਨਿਕਲ ਕੇ ਬਾਹਰ ਆਊਗੀ। ਇਸ ਲਈ ਮੈਂ ਇਹ ਗੱਲ ਤਾਂ ਕਰ ਰਿਹਾ ਕਿਉਂਕਿ ਮੈਨੂੰ ਉੱਥੋਂ ਬੈਠੇ ਅਫਸਰ, ਮੀਡੀਆ ਦੇ ਕਰਮੀ ਸਾਰੇ ਕਹਿ ਰਹੇ ਆ ਕਿ ਅੱਜ ਜੇ ਕਿਸਾਨਾਂ ਦਾ ਇੱਥੇ ਨੁਕਸਾਨ ਹੋਣਾ ਤੇ ਵੱਡਾ ਨੁਕਸਾਨ ਦਾ ਕਾਰਨ, ਜੇ ਕੋਈ ਉੱਥੇ ਕਿਸਾਨ ਦੀ ਡੈਥ ਹੁੰਦੀ ਹੈ, ਖੇਤ ਮਜ਼ਦੂਰ ਦੀ ਡੈਥ ਹੁੰਦੀ ਹੈ, ਉਹਦਾ ਸਿੱਧਾ ਰੀਜ਼ਨ ਔਰ ਉਹਦੀ ਜ਼ਿੰਮੇਵਾਰੀ ਭਗਵੰਤ ਮਾਨ ਦੀ ਹੋਊਗੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।